नमस्कार दोस्तों, और बेश बंसलार भिलाई मीडिया में आपका स्वागत कर रहा हूँ। खबर तरन तारण से आ रही है। यहाँ के वार्ड नंबर 1 गुरु तेग बहादुर नगर के वासी हरभजन सिंह के लड़के का बीते दिनों बीमारी के कारण देहांत हो गया था, जिसकी अंतिम अरदास में शामिल होने आए तरन तारण के सीनियर कांग्रेसी नेता व समाज सेवक गुरुदेव सिंह संधु द्वारा परिवार को आर्थिक सहायता दी गई। इस मौके पर पत्रकारों को जानकारी देते हुए हरभजन सिंह ने बताया कि उसके बड़े लड़के का कुछ महीने पहले एक्सीडेंट हो गया था, जिसमें वह गंभीर रूप से जख्मी हो गया था और डॉक्टरों द्वारा उसके इलाज के लिए काफ़ी पैसे मांगे गए थे, पर परिवार द्वारा गरीब होने के कारण पैसे देने में असमर्थ होने के चलते इसका इलाज नहीं हो पाया था, जिसके चलते गुरुदेव सिंह संधु द्वारा परिवार को 60,000 रुपये की आर्थिक सहायता दी गई थी और जिससे उन्होंने अपने लड़के का इलाज करवाया था। आज भी उनके द्वारा यहाँ पर आर्थिक सहायता दी गई। इस मौके पर गुरुदेव सिंह संधु ने कहा कि वह अपनी कृत कमाई में हमेशा गरीबों को तथा जरूरतमंद लोगों की सहायता करते रहेंगे और उनकी आर्थिक मदद इसी प्रकार करते रहेंगे। हमारे संवाददाता सागर दीप अरोड़ा की यह रिपोर्ट आपको दिखा रहा हूँ। बने रहे हमारे साथ, देखते रहे हमारा चैनल। हमारे चैनल को सब्सक्राइब करना न भूलें। ਅਤੇ ਪਹਿਲਾਂ ਮੰਜੇ ਦਾ ਐਕਸੀਡੈਂਟ ਹੋਇਆ ਇਹਨਾਂ ਦਾ, ਉਹ ਵੀ ਅਜੇ ਮੰਜੇ 'ਤੇ ਆ। ਕਾਫੀ ਇਹਨਾਂ ਦਾ ਨੁਕਸਾਨ ਹੋਇਆ ਵਾ, ਅਤੇ ਉਸ ਕਰਕੇ ਜਿੰਨੀ ਕੁ ਜੋਗੀਆਂ ਅਸੀਂ ਆਪਣੀ ਦਹਾਂ ਨੌਂ ਦੀ ਕਿਰਤ ਕਮਾਈ ਦੇ ਵਿੱਚੋਂ ਇਸ ਪਰਿਵਾਰ ਦਾ ਅਸੀਂ ਸਾਥ ਦੇਣਾ ਚਾਹਿਆ ਵਾ ਦਿੱਤਾ ਵਾ। ਅਸੀਂ ਚਾਹੁੰਦੇ ਹਾਂ ਵੀ ਸਾਡੇ ਵੱਲ ਵੇਖ ਕੇ ਕੋਈ ਹੋਰ ਵੀ ਕੋਈ ਸੰਸਥਾ ਧਿਆਨ ਇਹਨਾਂ ਨੂੰ ਦੇਵੇ। ਕਾਫੀ ਗਰੀਬ ਕਰਜ਼ੇ ਥੱਲੇ ਨੱਪੇ ਹੋਏ ਆ, ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਵੱਧ ਚੜ੍ਹ ਕੇ। ਕੋਈ ਇਹ ਆਪਣੇ ਵਿੱਚ ਕੋਈ ਸਿਆਸੀ ਐਂਗਲ ਨਹੀਂ ਗਿਆ, ਕੋਈ ਨਾ ਇਹੋ ਜਿਹੀ ਕੁਛ ਵਿੱਚ ਰੱਖ ਕੇ ਅਸੀਂ ਆਏ ਹਾਂ। ਅਸੀਂ ਤਾਂ ਸਿਰਫ ਆਪਣੀ ਦਹਾਨਾਵਾਂ ਦੀ ਕਿਰਤ ਕਮਾਈ ਤੋਂ ਇਹਨਾਂ ਪਰਿਵਾਰ ਦੀ ਮਦਦ ਕਰੀ। ਅਸੀਂ ਤਾਂ ਆਪਣੀ 10,000 ਰੁਪਏ ਦਾ ਚੈੱਕ ਦੇ ਦਿੱਤਾ ਜੀ, ਆਪਣੀ ਮੈਂ ਲਿਮਿਟ ਦੇ ਵਿੱਚ ਦਿੱਤਾ। ਇਸ ਤਰ੍ਹਾਂ ਹੋਰ ਵੀ ਆਪ ਜਾਵੇ ਤਾਂ ਆਪਣੀ ਲਿਮਿਟ ਨਹੀਂ ਦੇਈਦਾ, ਮੁੜ ਕੇ ਛਮਾਹੀ ਫੇਰ ਪਾ ਕੇ ਦੇਈਦੀ ਉਹਦੇ 'ਚ ਸਾਲ ਛਮਾਹੀ ਜਦੋਂ ਫਸਲ ਫਸਲ ਆਉਂਦੀ ਉਹਦੇ 'ਚ ਪਾ ਦੇਈਦੇ ਆ। ਤਾਂ ਕੋਈ ਪੁੱਛੋਗੇ ਇਸ ਤਰ੍ਹਾਂ ਲੋੜ ਵਾਲਾ ਆ ਜਾਵੇ ਤਾਂ ਇੱਕ ਹਿਸਾਬ ਨਾਲ ਕਰਜ਼ੇ ਚੁੱਕਣਾ ਹੁੰਦਾ ਸੀ, ਲਿਮਿਟ ਦਾ ਚੈੱਕ ਦਿੱਤਾ। ਅੱਗੇ ਵੀ ਉਹ ਬੇਟਾ ਤਾਂ ਲਾਹੇ ਉਹਨਾਂ ਦਾ ਓਪਰੇਸ਼ਨ ਹੋਣ ਵਾਲਾ ਸੀ, ਉਹ ਮੰਜੇ 'ਤੇ ਪਿਆ ਸੀ ਅਤੇ ਉਹ ਓਪਰੇਸ਼ਨ ਨੂੰ ਪੈਸਿਆਂ ਕੋਲੋਂ ਰੁਕ ਗਿਆ ਸੀ, ਤੁਹਾਨੂੰ ਪਤਾ ਲੱਗਾ ਇਹ ਗਿਆ ਸੀ ਗੁਰਭਜਨ ਸਿੰਘ ਮੇਰੇ ਕੋਲ, ਉਹ ਕਰਕੇ ਉਹਨੂੰ 60,000 ਰੁਪਇਆ ਉਹਨੂੰ ਦੇ ਗਏ ਹਾਂ। ਅਤੇ ਚਲੋ ਅੱਜ ਭੋਗਦੇ ਆਏ ਉਹ ਤਾਂ ਜਿੰਨੀ ਕੁ ਅਸੀਂ ਕਰ ਸਕਦੇ ਹਾਂ, ਬਾਕੀ ਬਹੁਤ ਜ਼ਿਆਦਾ ਮਰਮੱਤ ਨਹੀਂ ਅਸੀਂ ਕਹਿੰਦੇ ਸੀ, ਪਰ ਅਸੀਂ ਤਾਂ ਕਹਿੰਦੇ ਹਾਂ ਵੀ ਚੱਲ ਥੋੜ੍ਹਾ ਬਹੁਤਾ ਜੇ ਅਸੀਂ ਸ਼ੁਰੂ ਕੀਤਾ ਹੋਰ ਵੀ ਸੰਸਥਾ ਆਉਣ ਕੇ ਗਾੜੀ ਇਹਨਾਂ ਦੀ ਮਦਦ ਕਰਨ, ਕਿਉਂਕਿ ਗਰੀਬ ਪਰਿਵਾਰ ਕਰਜ਼ੇ 'ਤੇ ਮਹਾਰਾਜ ਜੀ ਸਾਡੇ ਕੋਲ ਆਏ ਆ। ਇਹਨਾਂ ਨੇ ਸਾਡੇ ਅੱਗੇ ਵੀ ਸਾਡਾ ਬੇਟਾ ਜਿਹੜਾ ਇਹਦੇ ਪ੍ਰਸ਼ਨ ਹੋਣ ਵਾਲਾ ਸੀਗਾ, ਅਤੇ ਸਾਨੂੰ 60,000 ਰੁਪਇਆ ਦੇ ਕੇ ਪ੍ਰਸ਼ਨ ਪਵਾਇਆ ਵਾ। ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਇਹਨਾਂ ਵੱਧ ਚੜ੍ਹ ਕੇ ਸਾਡੀ ਮਦਦ ਕੀਤੀ ਆ। ਹੁਣ ਵੀ ਭੋਗ 'ਤੇ ਆਏ ਆ ਅਤੇ ਭੋਗ 'ਤੇ ਹੁਣ ਵੀ ਸਾਨੂੰ 10,000 ਰੁਪਇਆ ਇਹ ਦੇ ਕੇ ਸਾਨੂੰ ਵੱਧ ਚੜ੍ਹ ਕੇ ਸਾਡੀ ਮਦਦ ਕੀਤੀ ਆ। ਅਤੇ ਮਹਾਰਾਜ ਇਹਨਾਂ ਨੂੰ ਗੁਰਨਾ ਦੇਵੇ, ਇਹਨਾਂ ਦੀ ਵੀ ਕਿਰਪਾ ਕਰੇ, ਇਹ ਸਾਡੀ ਪਰਿਵਾਰ ਦੀ ਸਾਡੀ ਚਲੋ ਮਦਦ ਕਰ ਰਹੇ ਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਪਹਿਲਾਂ ਨਹੀਂ ਕੋਈ ਸਰਕਾਰ ਵੱਲੋਂ ਕੋਈ ਸਾਡੇ ਮੁਹੱਲੇ ਦੇ ਰਹਿਣ ਵਾਲੇ ਉਹਨਾਂ ਨੇ ਸਾਡੀ ਅੱਗੇ ਵੀ ਮਦਦ ਕੀਤੀ, 10,000 ਰੁਪਏ ਸਾਡੇ ਮਦਦ ਕਰਦੇ ਹਾਂ।